ਅੱਜ ਜਿੱਥੇ ਸਾਰਿਆਂ ਨੂੰ ਵਧਾਈ ਦਿੰਦਾ ਹੈ ਔਰ ਇਹ ਵੀ ਕਹਿੰਦਾ ਚਲਾਂ ਕਿ ਖਾਲਸਾ ਏਡ ਨੇ 50 ਕਨਸੈਂਟ੍ਰੇਟਰ ਸਾਨੂੰ ਡੋਨੇਟ ਕੀਤੇ ਜੈ ਪੈਰਾਬੋਲਿਕ ਸਪ੍ਰਿੰਗਸ ਜਿਹੜੇ ਆ ਯਮੁਨਾਨਗਰ ਹਰਿਆਣੇ ਦੀ ਕੰਪਨੀ ਹੈ ਉਹਨਾਂ ਨੇ ਸਾਨੂੰ ਐਂਬੂਲੈਂਸ ਜੇ ਪਹੁੰਚੀ ਤਾਂ ਨਹੀਂ ਪਰ ਉੱਥੋਂ ਉਹਨਾਂ ਨੇ ਸਾਨੂੰ ਸੈਂਕਸ਼ਨ ਕਰ ਦਿੱਤੀ ਹੈ ਵਗੈਰਾ ਵਗੈਰਾ ਕੋਈ ਬਠਿੰਡੇ ਸ਼ਹਿਰ ਦਾ ਐਸਾ ਇਨਸਾਨ ਨਹੀਂ ਹੈ ਜਿਹਨੇ ਇਸ ਹਸਪੀਟਲ 'ਚ ਯੋਗਦਾਨ ਨਹੀਂ ਪਾਇਆ ਹਾਲਾਂਕਿ ਬਠਿੰਡੇ ਦੀ ਇੱਕ ਰਿਵਾਇਤ ਹੈ ਇਹ ਕੋਈ ਇਹਨਾਂ ਵਾਸਤੇ ਨਵੀਂ ਗੱਲ ਨਹੀਂ ਹੈ ਪੀੜ੍ਹੀ ਦਰ ਪੀੜ੍ਹੀ ਦਰ ਪੀੜ੍ਹੀ ਨਸਲ ਦਰ ਨਸਲ ਦਰ ਨਸਲ ਜਿਹੜੇ ਬਠਿੰਡੇ ਦੇ ਲੋਕ ਹੈ ਇਹਨਾਂ ਨੇ ਪੁੰਨ ਦਾਨ ਕੀਤਾ ਹੈ ਇਹਨਾਂ ਨੇ ਰੱਬ ਦੀ ਜਿਹੜੀ ਮਖਲੂਕ ਹੈ ਉਹਦੀ ਸੇਵਾ ਕੀਤੀ ਹੈ ਔਰ ਇਹ ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮ 'ਤੇ ਬਠਿੰਡੇ ਦੇ ਲੋਕ ਚੱਲ ਰਹੇ ਹੈ ਔਰ ਅੱਜ ਇਨਸਾਨੀਅਤ ਦੀ ਅਤੇ ਰੱਬ ਦੇ ਬੰਦਿਆਂ ਦੀ ਖਿਦਮਤ 'ਤੇ ਜਿਹੜਾ ਸ਼ਹਿਰ ਉਤਰਿਆ ਸੋ ਮੈਂ ਵੈਸੇ ਤਾਂ ਮੇਰਾ ਕੱਦ 6 ਫੁੱਟ 4 ਇੰਚ ਹੈ ਪਰ ਜੋ ਇਹਨਾਂ ਨੇ ਸੇਵਾ ਕੀਤੀ ਹੈ ਇਹਨਾਂ ਨੇ ਮੇਰੇ ਕੱਦ ਦੇ ਵਿੱਚ 2 ਇੰਚ ਦਾ ਇਜ਼ਾਫਾ ਕਰ ਦਿੱਤਾ ਸੋ ਸਾਰੇ ਦਾ ਔਰ ਮੈਂ ਇਹ ਵੀ ਕਹਿੰਦਾ ਜਾਵਾਂ ਕਿ ਜਿਹੜੇ ਬਠਿੰਡੇ ਦੇ ਸਾਡੇ ਸਰਕਾਰੀ ਡਾਕਟਰ ਜਿਹੜੇ ਕਿ ਕਈ ਵਾਰੀ ਉੱਥੇ ਉਹਨਾਂ ਉਸ ਕਿਸਮ ਦੀਆਂ ਸਹੂਲਤਾਂ ਨਹੀਂ ਹੁੰਦੀਆਂ ਪਰ ਫਿਰ ਵੀ ਉਹ ਆਪਣੀਆਂ ਸਰਵਿਸਿਜ਼ ਉੱਥੇ ਦੇ ਰਹੇ ਹੈ ਉਹਦੇ ਨਾਲ ਨਾਲ ਜਿਹੜੇ ਸਰਕਾਰੀ ਡਾਕਟਰ ਹੈ ਔਰ ਸਰਕਾਰੀ ਅਮਲਾ ਹੈ ਉਹ ਇਸ ਹਸਪਤਾਲ 'ਚ ਵੀ ਕੰਮ ਕਰ ਰਹੇ ਇਹਦਾ ਮਤਲਬ ਹੋਇਆ ਕਿ ਉਹ 2 ਸ਼ਿਫਟਾਂ ਲਾ ਰਹੇ ਇੱਕ ਸ਼ਿਫਟ ਜਿਹੜੀ ਹੈ ਸਰਕਾਰ ਔਰ ਸਰਕਾਰ ਤਨਖਾਹ ਦਿੰਦੀ ਹੈ ਔਰ ਦੂਜੀ ਸ਼ਿਫਟ ਜਿਹੜੀ ਹੈ ਉਹ ਬਿਨਾਂ ਤਨਖਾਹ ਤੋਂ ਇਹ ਇਨਸਾਨੀਅਤ ਦੀ ਸੇਵਾ ਕਰ ਰਹੇ ਸੋ ਮੈਂ ਉਹਨਾਂ ਦਾ ਵੀ ਅੱਜ ਤਹਿ ਦਿਲ ਤੋਂ ਧੰਨਵਾਦ ਕਰਨਾ ਔਰ ਤਮਾਮ ਔਰ ਇਹ ਨਹੀਂ ਮੈਂ ਸਮਝਦਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਜੇ ਇਨਸਾਨੀਅਤ ਦੀ ਸੇਵਾ ਸਿਰਫ ਉਹੀ ਕਰਦੇ ਆ ਜਿਨ੍ਹਾਂ ਕੋਲ ਕੋਈ ਕਾਬਲੀਅਤ ਹੈ ਮੈਂ ਕਹਿੰਦਾ ਜਿਹੜੇ ਸ਼ਾਮ ਨੂੰ ਵਾਰਡ ਦੇ ਵਿੱਚ ਪੋਚਾ ਲਾਉਂਦੇ ਆ ਜਿਹੜੇ ਇੱਥੇ ਬੋਕਰ ਮਾਰਦੇ ਆ ਜਿਹੜੇ ਸਫਾਈ ਕਰਦੇ ਆ ਉਹ ਜਿੰਨਾ ਕਿਸੇ 'ਚ ਗੁਰ ਅਤੇ ਹੁਨਰ ਹੈ ਉਹ ਸਾਰੇ ਸੇਵਾ ਕਰ ਰਹੇ ਸੋ ਸਾਰਿਆਂ ਨੂੰ ਮੈਂ ਵਧਾਈ ਵੀ ਦਿੰਦਾ ਸਾਰਿਆਂ ਨੂੰ ਮੈਂ ਸ਼ਾਬਾਸ਼ੀ ਵੀ ਦਿੰਦਾ ਔਰ ਪਰਮਾਤਮਾ ਅੱਗੇ ਮੈਂ ਇਹ ਪ੍ਰਾਰਥਨਾ ਕਰਦਾ ਕਿ ਪਰਮਾਤਮਾ ਜੋ ਬਠਿੰਡੇ ਦੇ ਲੋਕਾਂ ਨੇ ਔਰ ਬਿਲਕੁਲ ਫਰੀ ਬਿਲਕੁਲ ਮਤਲਬ ਇੱਕ ਵੀ ਰੁਪਈਆ ਜਿਹੜਾ ਕਿਸੇ ਤੋਂ ਇਹਨਾਂ ਨੇ ਚਾਰਜ ਨਹੀਂ ਕਰਨਾ ਆਪਣੇ ਪੱਲਿਓਂ ਆਪਣੀ ਜੇਬ 'ਚੋਂ ਪੈਸੇ ਖਰਚ ਕਰਕੇ ਇਹਨਾਂ ਨੇ ਜਿਹੜੇ ਮਰੀਜ਼ ਠੀਕ ਕੀਤੇ ਔਰ ਪਰਮਾਤਮਾ ਯਕੀਨਨ ਇਹਨਾਂ ਦੇ ਇਸ ਕੰਮ 'ਤੇ ਰਾਜ਼ੀ ਬਠਿੰਡਾ ਸ਼ਹਿਰ ਦੇ ਲੋਕਾਂ ਲਈ ਨਿਹਾਇਤ ਖੁਸ਼ੀ ਦਾ ਮੌਕਾ ਹੈ ਔਰ ਖੁਸ਼ੀ ਦੇ ਨਾਲ ਨਾਲ ਮੈਂ ਇਸ ਇਲਾਕੇ ਦਾ MLA ਹੋਣ ਦੇ ਇਤਬਾਰ ਨਾਲ ਮੇਰੇ ਲਈ ਇਹ ਨਿਹਾਇਤ ਫਖਰ ਦਾ ਬਾਇਸ ਹੈ ਕਿ ਬਠਿੰਡਾ ਕੋਵਿਡ ਕੇਅਰ ਸੁਸਾਇਟੀ ਜਿਹੜੀ ਕਿ ਬਠਿੰਡਾ ਦੇ ਜਿਹੜੇ ਤਮਾਮ NGOs ਹੈਗੇ ਸਾਰੇ NGOs ਨੇ ਇਕੱਠੇ ਹੋ ਕੇ ਔਰ ਇਹ ਜਿਹੜੀ ਟੀਮ ਬਣੀ ਹੈ ਇਹਨਾਂ ਨੇ ਬੜੇ ਪਿਛਲੇ ਮਹੀਨੇ 1.5 ਮਹੀਨੇ ਤੋਂ ਇੱਕ ਇਹ Level 2 ਦਾ ਹਸਪਤਾਲ 100 ਬਿਸਤਰਿਆਂ ਦਾ ਇਹ ਚਲਾ ਰਹੇ ਸੀ ਔਰ ਅਨੇਕਾਂ ਲੋਕ ਇੱਥੋਂ ਠੀਕ ਹੋ ਕੇ ਵੀ ਗਏ ਔਰ ਅੱਜ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਜਿਹੜਾ Level 2 ਹੈ ਇਹਨੂੰ Level 3 ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਔਰ ਮੈਂ ਜਿੱਥੇ ਅੱਜ ਖਸੂਸੀ ਤੌਰ 'ਤੇ ਇਹਨਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਅੱਜ ਹਸਪਤਾਲ 'ਚ ਆਇਆ ਸੀ ਔਰ ਜਿੱਥੇ ਜਿਹੜੇ RMP ਡਾਕਟਰਸ ਹੈ ਜਿਹੜੇ ਦਿਨ ਰਾਤ ਕੰਮ ਕਰ ਰਹੇ ਹੈ ਜਿਹੜੇ ਪੈਰਾਮੈਡੀਕਲ ਸਟਾਫ ਹੈ ਦਿਨ ਰਾਤ ਔਰ ਇਹ ਮੈਂ ਤੁਹਾਨੂੰ ਇਹ ਦੱਸਦਾ ਚੱਲਾਂ ਕਿ ਇਹ ਸਾਰੇ ਵਾਲੰਟੀਅਰ ਸਰਵਿਸ ਦੇ ਰਹੇ ਹੈ ਇੱਕ ਔਰਗਨਾਈਜੇਸ਼ਨ ਸਾਡੇ NGO ਇੱਥੇ ਹੈਗੇ ਮੈਂ ਸਾਰਿਆਂ ਦੇ ਨਾਮ ਇਸ ਕਰਕੇ ਨਹੀਂ ਲੈ ਰਿਹਾ ਜੇ ਕਿਸੇ ਦਾ ਨਾਂ ਰਹਿ ਗਿਆ ਤਾਂ ਮੇਰੇ ਮਨ ਨੂੰ ਠੇਸ ਪਹੁੰਚੂਗੀ ਉਹ ਸਿਰਫ ਲੰਗਰ ਦੀ ਡਿਊਟੀ ਨਿਭਾ ਰਹੇ ਇੱਕ ਔਰਗਨਾਈਜੇਸ਼ਨ ਹੈ ਜਿਨ੍ਹਾਂ ਨੇ ਬੈਡਸ ਅਤੇ ਬੈਡਸ਼ੀਟਸ ਦੀ ਸਾਰਿਆਂ ਦੀ ਜ਼ਿੰਮੇਵਾਰੀ ਦਿੱਤੀ ਹੈ ਅੱਜ ਸਾਡੇ ਦੋਸਤ ਨੇ ਸਜੈਂਟਾ ਕੰਪਨੀ ਦੇ ਜਿਹੜੇ ਕਿ ਫਸਲਾਂ ਵਾਸਤੇ ਦਵਾਈਆਂ ਬਣਾਉਂਦੇ ਆ ਉਹਨਾਂ ਨੇ 38 ਬੈੱਡ ਜਿਹੜੇ ਹੋਸਪਿਟਲ ਗ੍ਰੇਡ ਬੈੱਡ ਪਿਲੋਜ਼ ਮੈਟ੍ਰਿਸਿਸ ਇਹ ਵੀ ਸਾਨੂੰ ਦਿੱਤੀਆਂ ਔਰ ਜੇ ਇਹ Level 3 ਦਾ ਹਸਪਤਾਲ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦਾ ਜਦੋਂ ਤੱਕ ਉਸ ਮਿਆਰ ਦੇ ਡਾਕਟਰ ਔਰ ਟੈਕਨੀਸ਼ੀਅਨਸ ਤੁਹਾਡੇ ਕੋਲ ਨਾ ਹੋਣ ਅਤੇ ਮੈਂ ਸਮਝਦਾ ਕਿ ਬੇਇਨਸਾਫੀ ਹੋਏਗੀ ਜੇ ਮੈਂ ਅੱਜ ਇੱਥੇ ਡਾਕਟਰ ਅਤਿਨ ਗੁਪਤਾ ਡਾਕਟਰ ਗਗਨਦੀਪ ਗੋਇਲ ਡਾਕਟਰ ਰੋਹਿਤ ਬੰਸਲ ਡਾਕਟਰ ਜੋਹਨਪਾਲ ਸਿੱਧੂ ਡਾਕਟਰ JB ਸਿੰਘ ਡਾਕਟਰ ਵਿਪਿਨ ਗੋਇਲ ਡਾਕਟਰ ਅਮਿਤ ਤਨੇਜਾ ਡਾਕਟਰ ਰਜਤ ਅਤੇ ਡਾਕਟਰ ਭੋਲਾ ਸਿੰਘ ਇਹ ਸਾਰੇ ਡਾਕਟਰਸ ਨੇ ਆਪਦੀ ਪ੍ਰੈਕਟਿਸ ਦੇ ਟਾਈਮ 'ਚੋਂ ਟਾਈਮ ਕੱਢ ਕੇ ਔਰ ਇਹਨਾਂ ਨੇ ਵੋਲੰਟਰੀ ਤੌਰ 'ਤੇ
कोविड केयर सोसाइटी का जो हस्पताल चल रहा है ये इन्होंने अपनी सर्विसिज ऑफर कीतियां दिन रात कीतियां और ये अंग्रेजी का एक अंग्रेजी की कहावत है गोइंग बियॉन्ड द कॉल ऑफ ड्यूटी ड्यूटी तो हर इंसान अपनी निभा रहा है पर तगमे जड़े है जंग दे विच उन्हां नूं बहादरी दे मिलदे है जिहड़े ड्यूटी तो परे होके जांदे है और जिस दिन ये जिहड़ी कोविड की जंग है इहदी कहानी इतिहास लिखा गया तो ये जिहड़े नौ डॉक्टर साहिबान दे मैं नाम लिया है ये भी वो तगमियां दे हकदार होणगे परमात्मा कोले कहना कि परमात्मा जिहड़े लोग अपनी जान जिहड़ी है इन्नी अखियाई च पा के सेवा कर रहे है इन्हां नूं परमात्मा तुसी अपनी हिफाजत च रखा जे बहुत बहुत धन्यवाद जय हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।